ਵੈਲਕਮ ਬੈਕ, ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ। ਔਰ ਅੱਜ ਫਿਰ ਮੈਂ ਤੁਹਾਡੇ ਵਾਸਤੇ ਇੱਕ ਸ਼ਾਨਦਾਰ ਔਰ ਜ਼ਬਰਦਸਤ ਨੁਸਖਾ ਲੈ ਕੇ ਆਇਆ। ਅੱਜ ਦਾ ਨੁਸਖਾ ਜਿਹੜਾ ਹੈ ਉਹ ਐਸੀਡਿਟੀ ਵਾਸਤੇ ਹੈ, ਜਿਹਨਾਂ ਨੂੰ ਐਸੀਡਿਟੀ, ਗੈਸ, ਅਫਾਰਾ, ਪੇਟ 'ਚ ਜਲਨ ਔਰ ਤਮਾਮ ਤਕਲੀਫਾਂ ਰਹਿੰਦੀਆਂ ਔਰ ਸਾਲੋਂ ਸਾਲ 'ਚ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਚੂਰਨ ਚਟਨੀਆਂ ਖਾ ਕੇ ਖਤਮ ਹੋ ਜਾਂਦਾ ਕੰਮ, ਲੇਕਿਨ ਐਸੀਡਿਟੀ ਹੈ ਕਿ ਜਾਂਦੀ ਨਹੀਂ। ਅੱਜ ਬੜਾ ਜ਼ਬਰਦਸਤ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਬਾਜ਼ਾਰ ਤੋਂ ਤੁਸੀਂ ਸੌਂਫ ਲਿਆ ਨਾ, ਮੋਟੇ ਵਾਲੀ ਜਿਹੜੀ ਅਸੀਂ ਅਚਾਰ 'ਚ ਪਾਉਂਦੇ ਹਾਂ, ਅੱਧਾ ਚਮਚਾ ਸੌਂਫ ਦਾ ਤੁਸੀਂ ਖਾਣਾ ਖਾਣ ਤੋਂ ਬਾਅਦ ਮੂੰਹ 'ਚ ਪਾ ਕੇ ਉਹਨੂੰ ਚਬਾਉਣਾ ਨਹੀਂ ਹੈ, ਖਾਣਾ ਨਹੀਂ ਹੈ, ਚੂਸਣਾ। ਕਿੰਨੀ ਦੇਰ ਵਾਸਤੇ? 5 ਤੋਂ 7 ਮਿੰਟ, ਹਾਰਡਲੀ 10 ਮਿੰਟ ਉਹਨੂੰ ਚੂਸਣਾ ਸ਼ੁਰੂ ਕਰ ਦਿਓ। 10 ਮਿੰਟ ਤੱਕ ਚੂਸ ਕੇ ਉਸ ਤੋਂ ਬਾਅਦ ਜਿੰਨੀ ਸੌਂਫ ਬਚ ਗਈ ਉਹਨੂੰ ਖਾ ਲਓ, ਜ਼ਬਰਦਸਤ ਕੰਮ ਕਰੇਗਾ। ਇੱਕ ਹੋਰ ਦੱਸਦਾ ਤਰੀਕਾ ਸੌਂਫ ਦੇ ਨਾਲ ਹੀ, ਕਰਿਸ਼ਮਾ ਔਰ ਕਰਿਸ਼ਮਾ, ਜਿਨ੍ਹਾਂ ਨੂੰ ਪੇਟ 'ਚ ਜਲਨ ਬਹੁਤ ਹੁੰਦੀ ਹੈ, ਛਾਤੀ 'ਚ ਜਲਨ ਹੁੰਦੀ ਹੈ, ਅਫਾਰਾ ਬਣਦਾ, ਗੈਸ ਬਣਦੀ ਹੈ, ਐਕਿਊਟ ਗੈਸਟ੍ਰਾਈਟਿਸ ਦੀ ਵੀ ਪ੍ਰੋਬਲਮ ਹੈ, ਉਹ ਕਿਆ ਕਰਨ, 1 ਚਮਚਾ ਸੌਂਫ ਨੂੰ 1 ਗਲਾਸ ਪਾਣੀ ਦੇ ਵਿੱਚ ਅੱਧਾ ਘੰਟਾ ਭਿਉਂ ਕੇ ਰੱਖ ਦੇਣ। ਔਰ ਅੱਧੇ ਘੰਟੇ ਬਾਅਦ ਜੋ ਡਾਇਬਿਟਿਕ ਨਹੀਂ ਹੋ ਤੇ ਉਹ ਇਸ ਧਾਗੇ ਵਾਲੀ ਮਿਸ਼ਰੀ ਦਾ ਨਾ ਪਾਊਡਰ ਬਣਾ ਕੇ ਨਾ ਉਹਨੂੰ ਪੀਸ ਕੇ ਆਪਣੇ ਹਿਸਾਬ ਨਾਲ ਅੱਧਾ ਚਮਚਾ 1 ਚਮਚਾ ਜਿੰਨਾ ਦਿਲ ਕਰੇ ਉਨਾ ਪਾ ਲਓ ਔਰ ਉਹਨੂੰ ਪੀ ਜਾਓ। ਖਾਣਾ ਖਾਣ ਤੋਂ 1 ਘੰਟੇ ਬਾਅਦ ਪੀ ਲਓ। ਮੈਂ ਕਹਿੰਦਾ ਜੀ ਕਮਾਲ ਕਰ ਦੇਗੀ, ਕਮਾਲ, ਜ਼ਬਰਦਸਤ, ਬਿਲਕੁਲ ਚਮਤਕਾਰੀ ਨੁਸਖਾ ਹੈ, ਬਹੁਤ ਵਧੀਆ ਕੰਮ ਕਰਦਾ ਹੈ। ਇਸ ਤੋਂ ਵੀ ਜ਼ਿਆਦਾ ਤੁਸੀਂ ਕਹੋਗੇ ਜੀ ਅਸੀਂ ਤਾਂ ਪਤਾ ਨਹੀਂ ਕਿਆ ਕੁਛ ਖਾ ਲਿਆ ਔਰ ਸਾਲਾਂ ਤੋਂ ਇਹ ਜਾਂਦੀ ਨਹੀਂ ਹੈ, ਐਸੀਡਿਟੀ ਨਹੀਂ ਜਾਂਦੀ। ਤੀਸਰਾ ਨੁਸਖਾ ਸੁਣੋ, ਖਾਣਾ ਖਾਣ ਤੋਂ 10-15 ਮਿੰਟ ਪਹਿਲਾਂ ਸੌਂਫ ਚੂਸ ਲਓ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਅੱਧਾ ਚਮਚਾ ਮੂੰਹ 'ਚ ਪਾ ਕੇ ਬਸ ਉਹਨੂੰ ਲਾਰ ਨਾਲ ਮਿਲਾ ਕੇ ਚੂਸੀ ਜਾਓ, ਚਬਾਉਣਾ ਨਹੀਂ। ਆਖਿਰ 'ਚ 5-7 ਮਿੰਟ ਬਾਅਦ ਚਬਾ ਕੇ ਉਹਨੂੰ ਅੰਦਰ ਕਰ ਲਓ। ਔਰ ਖਾਣਾ ਖਾਣ ਤੋਂ ਬਾਅਦ ਲੈ ਲਓ ਅਜਵਾਇਨ। ਅਜਵਾਇਨ ਇਸ ਤਰ੍ਹਾਂ ਨਹੀਂ ਲੈਣੀ, ਅਜਵਾਇਨ ਅਸੀਂ ਅਕਸਰ ਜਦੋਂ ਕੋਈ ਐਸੀਡਿਟੀ, ਕਿਸੇ ਨੂੰ ਪੇਟ ਦੀ ਪ੍ਰੋਬਲਮ ਹੁੰਦੀ ਹੈ, ਅਸੀਂ ਅਜਵਾਇਨ ਲੈ ਲੈਂਦੇ ਹਾਂ, 10-15 ਮਿੰਟ ਅਸਰ ਕਰਦੀ ਹੈ, 16 ਮਿੰਟ ਫਿਰ ਉਸ ਤਰ੍ਹਾਂ ਹੀ ਹੋ ਜਾਂਦਾ ਹੈ। ਉਹਦਾ ਬੈਸਟ ਤਰੀਕਾ ਕਿਆ ਹੈ, 1/2 ਚਮਚੇ ਅਜਵਾਇਨ ਨੂੰ 1/2 ਚਮਚੇ ਦੇਸੀ ਘਿਓ ਦੇ ਵਿੱਚ ਥੋੜ੍ਹਾ ਜਿਹਾ ਉਹਨੂੰ ਭੁੰਨ ਲਓ ਔਰ ਹਲਕਾ ਜਿਹਾ ਸੇਂਦਾ ਨਮਕ ਮਿਲਾ ਕੇ ਉਹਨੂੰ ਖਾ ਲਓ। ਖਾਣਾ ਖਾਣ ਤੋਂ ਬਾਅਦ ਕਮਾਲ ਕਰ ਦੇਗੀ ਜੀ, ਕਮਾਲ, ਮਤਲਬ ਸਾਲੋਂ ਸਾਲ ਪੁਰਾਣੀ ਸਮੱਸਿਆ ਜਿਹੜੀ ਹੈ, ਤੁਸੀਂ ਇਹ 10-15 ਦਿਨ 20 ਦਿਨ ਕਰੋਗੇ ਨਾ, ਇੱਕਦਮ ਕਮਾਲ ਹੋ ਜਾਏਗੀ। ਬੜਾ ਜ਼ਬਰਦਸਤ ਨੁਸਖਾ ਹੈ ਔਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਭ ਦਾ ਭਲਾ ਹੋ ਸਕੇ, ਸਭ ਦਾ ਫਾਇਦਾ ਹੋ ਸਕੇ। ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ।